ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਮੈਂ ਤੁਹਾਡਾ ਆਪਣਾ ਗੁਰਜੰਟ ਸਿੰਘ। ਅੱਜ ਸਾਡੀ ਟੀਮ ਪਹੁੰਚੀ ਆ ਸ੍ਰੀ ਮੁਕਤਸਰ ਸਾਹਿਬ ਡੀਸੀ ਆਫਿਸ, ਜਿੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਰੋਜ਼ੀ ਬਰਕੰਦੀ ਦੀ ਅਗਵਾਈ ਦੇ ਵਿੱਚ ਜੋ 31 ਵਾਰਡਾਂ ਦੀਆਂ ਨਾਮਜ਼ਦ ਵੰਡੀਆਂ ਗਈਆਂ ਟਿਕਟਾਂ ਅਤੇ ਉਹਨਾਂ ਦੇ ਭਰੇ ਗਏ ਕਾਗਜ਼, ਤੁਸੀਂ ਦੇਖੋ ਇਸ ਦੀ ਪੂਰੀ ਰਿਪੋਰਟ। ਮੇਰਾ ਨਾਂ ਕੈਮਰਾਮੈਨ ਜਤਨਪ੍ਰੀਤ ਸਿੰਘ ਭੱਟੀ। ਧੰਨਵਾਦ ਜੀ। ਕਿਹੋ ਜਿਹਾ ਰਿਸਪੋਂਸ ਹੈ, ਕਿਹੋ ਜਿਹੀਆਂ ਚੁਣੌਤੀਆਂ? ਦੇਖੋ, ਮੈਂ ਸਾਰੀ ਸੰਗਤ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੇ ਪਵਿੱਤਰ ਸਥਾਨ 'ਤੇ ਖੜ੍ਹੇ ਹਾਂ ਅਤੇ ਤੁਸੀਂ ਵਰਕਰਾਂ 'ਚ ਜੋਸ਼ ਦੇਖੋ। ਅੱਜ ਕਾਗਜ਼ ਭਰਨ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਕੈਂਡੀਡੇਟ ਸਾਹਿਬਾਨ, ਅਤੇ ਤੁਸੀਂ ਦੇਖਿਆ ਹੋਣਾ ਵੀ ਇੱਥੇ ਵੱਡੀ ਗਿਣਤੀ 'ਚ ਵਰਕਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਆ ਉਹ ਆਏ ਆ। ਅਤੇ ਜਿੱਥੋਂ ਤੱਕ ਗੱਲ ਬੀਜੇਪੀ ਦੀ ਆ, ਬੀਜੇਪੀ ਦਾ ਤਾਂ ਹੁਣ ਦੇਖੋ ਕੈਂਡੀਡੇਟ ਹੀ ਨਹੀਂ ਲੱਭ ਰਹੇ, ਅਤੇ ਅਸੀਂ ਤਾਂ ਕਹਿੰਦੇ ਵੀ ਆਉਣ ਮੈਦਾਨ 'ਚ, ਸਾਨੂੰ ਕੋਈ ਫਰਕ ਨਹੀਂ ਇਸ ਗੱਲ ਦਾ। ਅਤੇ ਅਸੀਂ, ਸਾਡੀ ਪਾਰਟੀ ਕਾਇਮ ਆ, ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ, ਅਤੇ ਸਾਰੇ ਦੇ ਸਾਰੇ ਵਾਰਡਾਂ 'ਚ ਅੱਜ ਕਾਗਜ਼ ਦਾਖਲ ਕਰਾਵਾਂਗੇ, ਅਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਕਿਰਪਾ ਕਰਨ, ਬੜੀ ਵੱਡੀ ਜਿੱਤ ਪ੍ਰਾਪਤ ਕਰਾਂ। ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਜੀ ਇਸ ਵਾਰ? ਦੇਖੋ, ਹਰ ਇੱਕ ਦਾ ਆਪਦਾ ਆਪਦਾ ਜੀ ਇਲੈਕਸ਼ਨ ਲੜਨੇ ਆ, ਜੋ ਪਾਰਟੀਆਂ ਹੈਗੀਆਂ ਉਹਨਾਂ ਨੇ, ਸਾਰੀਆਂ ਨੇ ਇਲੈਕਸ਼ਨ ਲੜਨੇ ਹੁੰਦੇ ਆ, ਆਮ ਆਦਮੀ ਪਾਰਟੀ ਆ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਆ। ਪਰ ਅਸੀਂ ਤਾਂ ਇੱਕ ਗੱਲ ਕਹਿ ਸਕਦੇ ਹਾਂ ਵੀ ਸਾਡੀ ਚੜ੍ਹਦੀ ਕਲਾ ਸ਼੍ਰੋਮਣੀ ਅਕਾਲੀ ਦਲ ਦੀ। ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਦੀ ਇੱਥੇ ਕਮੇਟੀ ਵੀ ਬਣਾਵਾਂਗੇ ਅਤੇ ਬਹੁਤ ਸੋਹਣੀਆਂ ਸੀਟਾਂ ਲੈ ਕੇ ਜਾਵਾਂਗੇ। ਆਮ ਆਦਮੀ ਪਾਰਟੀ ਦਾ ਕਹਿਣਾ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਅਕਾਲੀ ਦਲ ਧੱਕਾ ਕਰਦਾ ਸੀ, ਹੁਣ ਕਾਂਗਰਸ ਦੀ ਹੈ ਤਾਂ ਕਾਂਗਰਸ ਧੱਕਾ ਕਰੂ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ? ਯਾਰ ਦੇਖੋ, ਮੈਂ ਤੁਹਾਨੂੰ ਇੱਕ ਦੱਸਾਂ, ਆਮ ਆਦਮੀ ਵਾਲੇ ਤਾਂ ਵਿਚਾਰੇ ਉਹ ਗੱਲ ਆ ਬਈ ਬਹਾਨੇ ਲਾਈ ਜਾਂਦੇ ਆ। ਤੁਸੀਂ ਇਲੈਕਸ਼ਨ ਲੜੋ, ਇਲੈਕਸ਼ਨਾਂ ਦੇ ਵਿੱਚ ਜੇ ਧੱਕਾ ਹੋਊਗਾ ਤਾਂ ਧੱਕਾ ਵੇਖ ਲਾਂਗੇ ਯਾਰ, ਸਹਿਣ ਕਰਾਂਗੇ ਧੱਕਾ, ਧੱਕੇ ਨੂੰ ਤਗੜੇ ਹੋ ਕੇ ਧੱਕੇ ਨਾਲ ਲੜਾਂਗੇ। ਆਹ ਥੋੜ੍ਹਾ ਹੁੰਦਾ ਵੀ ਪਹਿਲਾਂ ਹੀ ਤੁਸੀਂ ਚੀਕਾਂ ਮਾਰੀ ਜਾਓ। ਜਿੱਥੇ ਦੇਖੋ ਜੇ ਕਾਂਗਰਸ ਸਰਕਾਰ ਧੱਕਾ ਕਰੂਗੀ ਤਾਂ ਧੱਕੇ ਦਾ ਜਵਾਬ ਵੀ ਅਸੀਂ ਧੱਕੇ ਨਾਲ ਹੀ ਦੇਵਾਂਗੇ। ਆਹ ਨਹੀਂ ਗੱਲ ਹੋਊਗੀ ਵੀ ਆਹ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਜੀ? ਉਹ ਯਾਰ, ਤੁਸੀਂ ਆਪ ਹੀ ਦੇਖ ਲਓ ਜੀ, ਹੁਣ ਤੁਸੀਂ ਸਿਆਣੇ ਹੋ ਪ੍ਰੈਸ ਵਾਲੇ ਜੀ, ਅਪਰਾਧੀਆਂ ਨੂੰ ਟਿਕਟਾਂ ਦਿੱਤੀਆਂ। ਦੇਖੋ ਮੁਕਾਬਲਾ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀ ਸਿੱਧਾ ਤੇ ਸਿੱਧਾ ਸਰਕਾਰ ਨਾਲ ਮੁਕਾਬਲਾ ਸਾਡਾ। ਉਧਰ ਕਿਸਾਨ ਧਰਨੇ ਲੱਗੇ ਹੋਏ ਜੀ ਦਿੱਲੀ 'ਚ, ਹਾਂਜੀ, ਆਪਾਂ ਅਕਾਲੀ ਦਲਾਂ ਦੀਆਂ ਪਿੰਡਾਂ 'ਚ ਵਿੱਚੋਂ ਵਰਕਰਾਂ ਦੀਆਂ ਡਿਊਟੀਆਂ ਲਾਈ ਜਾ ਰਹੀਆਂ ਵੀ ਉੱਥੇ ਪਹੁੰਚੋ, ਪੂਰੀਆਂ ਲਾ ਜਾ ਰਹੀਆਂ। ਪ੍ਰਧਾਨ ਜੀ ਆਪ ਵੀ ਟਕੈਤ ਸਾਹਿਬ ਨੂੰ ਮਿਲ ਕੇ ਆਏ ਆ ਜੀ, ਕੱਲ੍ਹ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਆ ਸਰਦਾਰ ਸੁਖਬੀਰ ਸਿੰਘ ਬਾਦਲ, ਅਤੇ ਵਰਕਰਾਂ ਦੀਆਂ ਡਿਊਟੀਆਂ ਪਿੰਡਾਂ 'ਚ ਉਹਨਾਂ ਨੇ ਪਹਿਲੇ ਦਿਨ ਹੀ ਕਹਿਤਾ ਸੀ ਵੱਧ ਤੋਂ ਵੱਧ ਸੰਗਤ ਤੁਸੀਂ ਦਿੱਲੀ ਪਹੁੰਚੋ, ਅਤੇ ਉਹ ਵਰਕਰ ਪਿੰਡਾਂ 'ਚੋਂ ਜਾ ਵੀ ਰਹੇ। ਸਰਕਾਰ ਦੀ ਜੇ ਚਾਹੁੰਦੀ ਤਾਂ ਇਹ ਇਲੈਕਸ਼ਨ ਪੋਸਟਪੋਨ ਵੀ ਹੋ ਸਕਦੇ ਸੀ ਵੀ ਦਿੱਲੀ ਐਡਾ ਵੱਡਾ ਜਿਹੜਾ ਸੰਘਰਸ਼ ਚੱਲ ਰਿਹਾ। ਦੇਖੋ, ਆਹ ਦੋਹਰੀ ਨੀਤੀ ਆ ਕਾਂਗਰਸ ਦੀ, ਇੱਕ ਪਾਸੇ ਐਡਾ ਵੱਡਾ ਸੰਘਰਸ਼ ਚੱਲ ਰਿਹਾ ਅਤੇ ਦੂਜੇ ਪਾਸੇ ਲੋਕਾਂ ਦਾ ਧਿਆਨ ਆਹ ਬਣਾਉਣ ਲਈ ਮਤਲਬ ਕਿ ਇਲੈਕਸ਼ਨ ਕਰਾ ਰਹੀ ਆ। ਮਾੜੀ ਗੱਲ ਆ ਬਹੁਤ, ਕਿਉਂਕਿ ਕਾਂਗਰਸ ਦੀ ਹਮੇਸ਼ਾ ਡਬਲ ਪਾਲਿਸੀ ਰਹੀ ਆ ਅਤੇ ਡਬਲ ਪਾਲਿਸੀ 'ਤੇ ਹਮੇਸ਼ਾ ਖੇਡਦੀ ਆ। ਲਾਸਟ ਸਵਾਲ ਜੀ, ਅਪਰਾਧੀਆਂ ਨੂੰ ਟਿਕਟਾਂ ਦਿੱਤੀਆਂ ਕੁਝ ਪਾਰਟੀਆਂ ਨੇ, ਕੀ ਕਹਿਣਾ ਇਹਦੇ ਬਾਰੇ? ਦੇਖੋ, ਮਾੜੀ ਗੱਲ ਆ ਜਿੱਥੇ ਅਪਰਾਧੀਆਂ ਨੂੰ ਸਾਬ ਜਿਹੜਾ, ਕਿਉਂਕਿ ਸ਼ਹਿਰ ਦੇ MC ਦੇ ਇਲੈਕਸ਼ਨ ਹੁੰਦੇ ਆ ਅਤੇ ਇੱਕ ਜਿਹੜੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਆ, ਆਹ ਦੋ ਛੋਟੇ ਇਲੈਕਸ਼ਨ ਆ, ਬਟ ਸਭ ਤੋਂ ਅਹਿਮ ਇਲੈਕਸ਼ਨ ਹੁੰਦੇ ਆ, ਕਿਉਂਕਿ ਆ ਇੱਥੋਂ ਹੀ ਲੋਕਾਂ ਨੇ ਮਿਹਨਤ ਕਰਨੀ ਹੁੰਦੀ ਆ, ਆਪਦੇ ਜਿਹੜੇ ਗਰੀਬ ਪਰਿਵਾਰ ਬੈਠੇ ਵਾਰਡ 'ਚ ਜਾਂ ਜਨਰਲ ਬੰਦੇ ਬੈਠੇ ਆ ਉਹਨਾਂ ਦੀ ਸੇਵਾ ਕਰਨੀ ਹੁੰਦੀ। ਪਰ ਜੇ ਇਹੋ ਜਿਹੇ ਪਿਛੋਕੜ ਦੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਤਾਂ ਫਿਰ ਕੋਈ, ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਚੰਗੀ ਪ੍ਰਾਪਤੀ ਹੋਊਗੀ। ਥੈਂਕ ਯੂ MLA ਸਾਹਿਬ। ਅਤੇ ਵਿਰੋਧੀ ਉਮੀਦਵਾਰ ਕੌਣ ਕੌਣ ਆ, ਕੀ ਚੈਲੰਜ ਆ? ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸਾਰੇ ਵਾਰਡਾਂ ਦੇ ਵਿੱਚ ਹੀ, ਸਾਰੇ ਸ਼ਹਿਰ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ, ਕਿਉਂਕਿ ਅਸੀਂ ਅਕਾਲੀ ਦਲ ਨੇ ਪਿਛਲੇ 5 ਸਾਲਾਂ ਦੇ ਵਿੱਚ ਸ਼ਹਿਰ ਦਾ ਅਥਾਹ ਵਿਕਾਸ ਕੀਤਾ ਔਰ ਅਸੀਂ ਵਿਕਾਸ ਦੇ ਨਾਂ 'ਤੇ ਹੀ ਵੋਟਾਂ ਮੰਗ ਰਹੇ ਹਾਂ ਔਰ ਵਾਰਡਾਂ ਦੇ ਵਿੱਚ ਪੂਰਾ ਸਮਰਥਨ ਲੋਕਾਂ ਵੱਲੋਂ ਮਿਲ ਰਿਹਾ। ਅਸੀਂ ਭਾਰੀ ਗਿਣਤੀ ਨਾਲ ਜਿਹੜਾ ਵੋਟ ਮਤਲਬ ਕਿ ਜਿੱਤਾਂਗੇ ਔਰ ਆਪਦੀ ਕਮੇਟੀ ਵੀ ਬਣਾਵਾਂਗੇ। ਸਰ, ਇੱਕ ਤੁਹਾਡੇ ਵਿਰੋਧੀ ਉਮੀਦਵਾਰ ਕਹਿ ਰਹੇ ਸੀ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਅਧਿਕਾਰਾਂ ਦਾ, ਹਨਨ ਹੋਇਆ, ਪਾਰਟੀ ਨੇ ਸੇਵਾ ਨਹੀਂ ਮੁੱਖ ਰੱਖੀ, ਕੀ ਕਹਿਣਾ ਚਾਹੋਗੇ? ਕਿਹੜਾ, ਕਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ? ਕਾਂਗਰਸ ਦੇ ਉਮੀਦਵਾਰ ਦੋਸ਼ ਲਗਾ ਰਹੇ ਸੀ ਕੱਲ੍ਹ ਕਿ ਉਹਨਾਂ ਦੀ ਐਲੀਜੀਬਿਲਟੀ ਨੂੰ ਦਰਕਿਨਾਰ ਕੀਤਾ ਗਿਆ। ਇਹ ਤਾਂ ਹੁਣ ਜੀ ਕਾਂਗਰਸ ਪਾਰਟੀ ਨੂੰ ਆਪਦਾ ਪਤਾ ਹੋਣਾ ਵੀ ਉਹਨਾਂ ਨੇ ਕਿਸ ਹਿਸਾਬ ਨਾਲ ਟਿਕਟਾਂ ਦਿੱਤੀਆਂ, ਕਿਉਂਕਿ ਉਹਨਾਂ ਦਾ ਆਪਦਾ ਸੋਚਣਾ। ਔਰ ਮੈਂ ਤਾਂ ਹੈਰਾਨ ਹਾਂ ਵੀ ਆਹ ਇਹਨਾਂ ਦਿਨਾਂ ਦੇ ਵਿੱਚ ਕਦੇ ਕਿਸੇ ਦੀ ਟਿਕਟ ਕੱਟਤੀ, ਕਦੇ ਕਿਸੇ ਦੀ ਨੂੰ ਦੇਤੀ, ਮਤਲਬ ਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂਗਾ। ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਾਂਗਰਸ ਦੀ ਕੀ ਪੋਜੀਸ਼ਨ ਆ। ਕਦੇ ਕਿਸੇ ਬੰਦੇ ਨੂੰ ਟਿਕਟ ਦੇਤੀ, ਕਦੇ ਕਿਸੇ ਨੂੰ ਤਿਆਰੀ ਹੋਰ ਦੀ ਕਰਾਤੀ, ਐਲਾਨ ਹੋਰ ਦਾ ਕਰਤਾ, ਮਤਲਬ ਕਿ ਉਹ ਫੈਸਲਾ ਹੀ ਨਹੀਂ ਲਾਸਟ ਸਮੇਂ ਤੱਕ ਕਰ ਸਕੇ। ਸਰ, ਇੱਕ ਸਵਾਲ ਸਰ, ਇੱਕ ਕਹਿੰਦੇ ਅਪਰਾਧੀਆਂ ਨੂੰ ਟਿਕਟਾਂ ਦਿੱਤੀਆਂ, ਤੁਸੀਂ ਵੀ ਜੇਲ੍ਹ ਜਾ ਕੇ ਆਏ ਹੋ ਪਿਛਲੇ ਮਹੀਨੇ, ਕੀ ਸੀ ਮਾਮਲਾ?
जिहड़ा मैं जेल जाके आया, मैं आपके वार्ड के लोगों की खातर जेल जाके आया, क्योंकि लॉकडाउन के कांग्रेस पार्टी वालों इन्ह की सरकार वालों गरीब लोगों राशन नहीं मुहई मुहैया कराया जा रहा और वो बड़ी वड्डी घबलेबाजी की जा रही थी। मैं वो खिलाफ़ संघर्ष विटिया और लगातार 15 दिन मैं भुख हड़ताल से बैठा सी। इस करके मतलब कि इन्होंने मेरे ते झूठा परचा दर्ज करके मैंने जेल भेजा सी। और मैं तो जेल दे मैं एक रात लई एक रात मैं टाने रखा से एक रात जेल रहा। कांग्रेस का कहना है कि अकाली दल ने शहर का कोई विकास नहीं किया, साढ़े को प्रूफ है ये इन्होंने आपके घर भरे है जोड़ा शहर का बेड़ा करके करता, वो बारे थोड़ा की कहना। तुम सारे सियाने हैं जी, तुसी जाके वार्डा दे विच वेख लो, मेरे वार्ड जाके देखो भी मेरे तो पहला की हालात सीगे। तुसी कोई पैसा खर्चा आपदे वार्ड च? मैं जी कांग्रेस दे राज विच 1.5 करोड़ रुपया जिहड़ा अकाली दल दे राज विच विकास कीता तां वखरा, कांग्रेस दे राज विच मैं 1.5 करोड़ रुपया वार्ड ते लवाया। और मतलब कि यह भी है एक रिकॉर्ड है भी सरकार कांग्रेस दी सी ते सारे टक भी मैं ही लाए। प्रधान जी की तैयारियां नगर कौंसल चोणां नूं लैके? पहले तो मैं गुरु ग्रंथ साहब पातशाह का धन्यवाद करदा, गुरु की नगरी में खड़े हाँ गुरुद्वारा तरन तारण साहब, अज कागज भरने हैं तो बाबे नानक की कृपा लैके ओट आसरा लैके तो चढ़दी कला रहेगी, बाबा नानक चढ़दी कला करेगा हमेशा। परमात्मा सच के नाल खड़ा है तो असं भी परमात्मा को कहने जो सच है सच अंतारा कराई। प्रधान जी की लगता कि सीटा जितिया जाएगी? मैं हजू महाराज की हजूरी खड़ के गल तो दावे ना कह सकता, सही ईमानदारी इलेक्शन होवे श्रोमणी अकाली दल की कमेटी बनूगी चढ़दी कला च रहेगी, श्रोमणी अकाली दल की पूरे दावे ने गल कहना श्रोमणी द कमेटी अकाली दल की बनूगी। जे कांग्रेसी जो यत्न बना रहे हैं असी धक्का करना है वह करना है, वो मन चो दे भुलेखा कढ़ देन, साडी भी आपकी फुल तैयारी है। जिहड़े कड्डे वड्डे बंदे है जिहड़े 3 दिन 4 दिन पहला 12-13 तरीक नूं दोनों पार्टियां तिना का विरोध कर रहे हैं, समाजिक सेवक अपने आप घुमाउंदे है, उन्होंने पिछोकड़ वेखो की है जिन्हें बंदे टिकटां दित्तियां, इन्हें टिकटां कोई लैण नूं तैयार नहीं सी तां ही इन्हें बंदे दित्तियां, जिहड़े पुराने कांग्रेसी मगर मगर तुरे फिरदे आ उन्हां नूं मिलियां नहीं, ते जिहड़े इन्हां दा हाल वेखो जिहड़े बंदे नूं कल कांग्रेस में अजे शामिल भी नहीं हुए उन्होंने टिकटा दिखाई। आम आदमी पार्टी भी इस बार चोर मैदान दे विच है, किवें देख रहे हो आम आदमी पार्टी? आम आदमी पार्टी का हक बनता है, सारिया पार्टियां का हक बनता है, मैं तो कहना भी सत्कार का साढ़े आन जो मर्जी आए उन्होंने हक बनता राइट है, लड़न इलेक्शन लड़ना चाहिए। प्रधान जी वार्ड नंबर 2 चो तुसीं खड़े हो, तुहाडे सामने मिंकल बजाज खड़ा है, ਉਹਦੇ ਤੇ ਮਾਮਲਾ ਬੜਾ 302 ਦਾ ਦਰਜ ਹੈ, ਕੀ ਕਹਿਣਾ ਚਾਹੁੰਗੇ ਇਸ ਬਾਰੇ ਤੁਸੀਂ? ਉਹ ਕਿੰਨੀ ਚੁਣੌਤੀ ਮੰਨਦੇ ਹੋ ਜੀ? ਉਹ ਜੇ ਅਪਰਾਧੀ ਲੋਕਾਂ ਨੂੰ ਵੇਖਦਾ ਮੈਂ ਉਹਨਾਂ ਦਾ ਨਾਂ ਲੈਣਾ ਨਹੀਂ ਚਾਹੁੰਦਾ, मैं उन्होंने बंदे नूं गिनती नहीं करता, इहो जिहे बंदे की मैं गिनती करनी भी मैं उसका ना लेना भी मैं अपने आप नूं साबित नहीं करना चाहुंदा भी इहो जिहे बंदे दा मैं ना भी रखा उहदी जबान ते। इंडिया क्राइम न्यूज, जुल्म के खिलाफ जंग, आप देख रहे हैं इंडिया क्राइम न्यूज।